ਕੱਲੂ ਖਾਦਾ ਆਏ ਓਏ ਤੇਜ ਦਬਾ ਦਬਾ ਹੱਥੋਂ ਮੇਰਾ ਨਹੀਂ ਹੈ ਕਿਆ ਕਰਦਾ ਹੈ ਲੈ ਚੌਧਰੀ ਚੌਧਰੀ ਵੱਡੇ ਯਾ ਕੱਲੂ ਹੀ ਰਹੇਗਾ ਤੇ ਪਤਾ ਹੈ ਕੱਲੂ ਜੇ ਕੱਲੂ ਰਾਜਾ ਹੈ ਸਬਜ਼ੀ ਮੇਰੀ ਖਤ ਗਈ ਸੀ ਛੋਟੇ ਚੌਧਰੀ ਕਾ ਕਰੇ ਸਾਲੇ ਕਾ ਸਾਲੇ ਕੀ ਟਾਂਗੇ ਤੋੜ ਦਿੱਤੇ ਨਹੀਂ ਜਲਦੀ ਨਹੀਂ ਟਾਂਗੇ ਨਹੀਂ ਟੱਟੀ ਪਿਸਾਬਤ ਕਰਵਾਏਗਾ ਸਾਲਾ ਨਹੀਂ ਸਾਲੇ ਕੋ ਮਾਰ ਦਿੱਤੇ ਹਾਂ ਐਸੀ ਛੋਟਾ ਚੌਧਰੀ ਕਹਿ ਰਹੇ ਤਾ ਛੋਟਾ ਚੌਧਰੀ ਇਹ ਨਹੀਂ ਓਏ ਨਸੇ ਨਾ ਐ ਚੌਧਰੀ ਤੂੰ ਨਹੀਂ ਤੋ ਹਜਾ ਬਦਮਾਸ਼ੀ ਸਾਰੇ ਇਲਾਕੇ ਵਸ ਜਾਵੇ ਨਾ ਸਰਦਾਰ ਕਾਦਰ ਬਖਸ਼ ਦੇ ਬੰਦੇ ਆਏ ਨੇ ਆ ਤੇ ਧਮਕੀ ਪਾ ਗਏ ਤੈਨੂੰ ਧਮਕੀ ਇਹ ਕੌਣ ਜੋ ਕੱਲੂ ਦੇ ਬੰਦੇ ਨੂੰ ਧਮਕੀ ਪਾਵੇ ਸਰਦਾਰ ਕਾਦਰ ਦੇ ਬੰਦੇ ਤੇ ਸਰਦਾਰ ਕਾਦਰ ਖੁਦ ਵੀ ਨਾਲ ਸੀ ਕਾਦਰ ਬਸ਼ਕ ਦੀ ਇਹ ਮਜਾਲ ਜੋ ਤੈਨੂੰ ਧਮਕੀ ਪਾਵੇ ਇਹਦੀ ਮੈਂ ਨਸ਼ਲ ਮੁਕਾ ਦਿਆਂਗਾ ਉਹ ਕਰਕੇ ਗਿਆ ਤੇ ਸਰਦਾਰ ਕੱਲੂ ਕਹਿ ਦਿਓ ਸਾਡੇ ਪੰਜੇ ਤੇ ਮਜ਼ਲੂਮ ਖਤਮ ਕਰ ਦੇਵੇ ਜ਼ੁਲਮ ਨਾ ਕਰੇ ਇਹ ਨਹੀਂ ਹੋ ਸਕਦਾ ਕੱਲੂ ਇਹ ਖਤਮ ਨਹੀਂ ਕਰੇਗਾ ਕਾਦਰ ਬਸਤੀ ਇਹ ਮਜਾਲ ਜੋ ਕੱਲੂ ਦੇ ਬੰਦੇ ਨੂੰ ਧਮਕੀ ਪਾਵੇ ਬੋਲੋ ਇਸ ਨੂੰ ਕਾਦਰ ਬਸ਼ਕ ਨੂੰ ਓਕੇ ਅਸਾਂ ਢੁੱਡਤੇ ਸਾਲੇ ਠੀਕ ਹੈ ਮੈਂ ਉਹਦੀ ਨਸਲ ਮੁਕਾ ਦਿਆਂਗਾ ਕਈ ਦਾ ਕਿਆ ਇਤਬਾਰ ਸੰਗਤੀ ਇਥਾਂ ਸੰਗਤੇ ਗੁਨੇ ਦਿਨ ਮਾਰ ਸੰਗਤੀ ਕਰੀ ਜੇ ਕਈ ਦਾ ਕਿਆ ਇਤਬਾਰ ਸੰਗਤੀ ਇਥਾਂ ਸੰਗਤੇ ਗੁਨੇ ਦਿਨ ਮਾਰ ਸੰਗਤੀ ਇਥਾਂ ਸੰਗਤੇ ਗੁਨੇ ਦਿਨ ਮਾਰ ਦੁਸ਼ਮਣ ਦਾ ਤਾਂ ਖੰਜਰ ਰੋਕ ਗਿਨਸਾਂ ਮੈਂ ਦੁਸ਼ਮਣ ਦਾ ਤਾਂ ਖੰਜਰ ਰੋਕ ਗਿਨਸਾਂ ਦੁਸ਼ਮਣ ਦਾ ਖੰਜਰ ਰੋਕ ਗਿਨਸਾਂ ਕੰਢ ਤੇ ਕਰੇ ਸਿਨਵਾਰ ਸੰਗਤੀ ਇਥਾਂ ਸੰਗਤੇ ਕੁੜੇ ਦਿਨ ਮਾਰ ਛੋਟੇ ਚੌਧਰੀ ਕਾਦਰ ਬਖਸ਼ ਦਾ ਆਹੀ ਬੰਦਾ ਸੀ ਆਹੀ ਬੰਦਾ ਸੀ ਕਾਦਰ ਬਖਸ਼ ਦਾ ਜਿਹੜਾ ਧਮਕੀ ਪਾ ਗਿਆ ਅੱਜ ਮੈਂ ਇਹਨੂੰ ਇੱਥੇ ਮਾਰ ਦਿਆਂਗਾ ਪਿਸਤੌਲ ਵਿਖਾਓ ਮੈਨੂੰ ਆਹ ਆਹ ਬਸ ਕਿਹਦੇ ਹੋਣ ਚਲੇ